रोज बच्चे इथो लेके जाने की कहना? बहुत बुरा हाल है, मतलब इन्ने ज्यादा बड़े बड़े टोए आ कि कई बार स्कूटी डिगिया या टूटिया, बच्चे सट्टा लग दिया टोए आ, बंदा लक टूट जाता, मरण वाला हाल आ उरे। तो भाई हाथ जोड़ के बेनती करते हैं, सड़क बनवाओ। सड़क पट्टियां पारिया, रोड़ी निकली हुई है, मोटरसाइकिल गिर ना जाए, इसलिए बचा के आ रहे हैं। बहुत बुरा हाल है कि जिदा पहली सरकार कि जो लास्ट में जावे उदों ही काम करावे, उस तो पहले नहीं काम कराना। उही हाल इन्हों का, उन्होंने इन्हों से कोई फर्क वाला काम है नहीं गा। रोज बच्चे इथो लेके जाने की कहना? बहुत बुरा हाल है, मतलब इन्ने ज्यादा बड़े बड़े टोए आ कि कई बार स्कूटी डिगिया या टूटिया, बच्चे सट्टा लग दिया टोए आ, बंदा लक टूट जाता, मरण वाला हाल आ उरे। तो भाई हाथ जोड़ के बेनती करते हैं, सड़क बनवाओ। ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੋਊਗੀ ਜੋ ਏਡੇ ਏਡੇ ਖੱਡੇ ਗੱਡੀ ਐ ਪੱਗਾਂ ਨਾਲ ਨਿਕਲ ਜਾਂਦੇ ਨੇ, ਮਾੜੀ ਗੱਡੀ ਤੇਜ਼ ਹੋਵੇ ਨਾਲ ਲੱਗ ਜਾਂ ਸਿਰ ਦੇ ਨਾਲ ਵੱਜਦੀਆਂ ਨੇ। ਜੈਂਟਸ ਤੇ ਫਿਰ ਵੀ ਕੰਟਰੋਲ ਕਰ ਲੈਂਦੇ ਆ, ਜਿਹੜੀ ਲੇਡੀਜ਼ ਆ ਉਹ ਵਿਚਾਰੀਆਂ ਬਹੁਤ ਬੁਰਾ ਹਾਲ ਹੁੰਦਾ, ਉਹ ਡਿੱਗਦੀਆਂ। ਆਪਾਂ ਜਾਂ ਫੁੱਲਾਂ ਵਾਲਾ ਚੌਂਕ ਆ, ਇੱਥੇ ਕਈ ਲੇਡੀਜ਼ ਦੇ ਨਾਲ ਬੱਚੇ ਡਿੱਗਦੇ ਮੈਂ ਦੇਖੇ ਆ। ਮੈਂ ਕਹਿੰਦਾ ਜੀ ਬੁਰਾ ਹੀ ਹਾਲ ਆ, ਬਸ ਇੱਥੇ ਐਕਸੀਡੈਂਟ ਹੋਇਆ, 1.5 ਲੱਖ ਰੁਪਇਆ ਭਰ ਕੇ ਛੁੱਟਿਆ ਵਾ। ਦੱਸੋ ਸੜਕਾਂ ਪੱਟੀਆਂ ਪਈਆਂ ਸਾਰੀਆਂ, ਰੋੜੀ ਨਿਕਲੀ ਹੋਈ ਹੈ, ਮੋਟਰਸਾਈਕਲ ਗਿਰ ਨਾ ਜਾਵੇ, ਇਸਲਈ ਬਚਾ ਕੇ ਆ ਰਹੇ ਹਾਂ। ਬਹੁਤ ਬੁਰਾ ਹਾਲ ਹੈ ਕਿ ਜਿੱਦਾਂ ਪਹਿਲੀਆਂ ਸਰਕਾਰਾਂ ਸੀਗੀਆਂ ਕਿ ਜਦੋਂ ਲਾਸਟ ਵਿੱਚ ਜਾਵਾਂਗੇ ਉਦੋਂ ਹੀ ਕੰਮ ਕਰਾਵਾਂਗੇ, ਉਸ ਤੋਂ ਪਹਿਲਾਂ ਨਹੀਂ ਕੰਮ ਕਰਾਉਣਾ। ਉਹੀ ਹਾਲ ਇਹਨਾਂ ਦਾ, ਉਹਨਾਂ 'ਚ ਇਹਨਾਂ 'ਚ ਕੋਈ ਫਰਕ ਵਾਲਾ ਕੰਮ ਹੈ ਨਹੀਂ ਗਾ। ਰੋਜ਼ ਬੱਚੇ ਇੱਥੋਂ ਲੈ ਕੇ ਜਾਣ ਕੀ ਕਹਿਣਾ? ਬਹੁਤ ਬੁਰਾ ਹਾਲ ਆ, ਮਤਲਬ ਇੰਨੇ ਜ਼ਿਆਦਾ ਵੱਡੇ ਵੱਡੇ ਟੋਏ ਆ ਕਿ ਕਈ ਵਾਰ ਸਕੂਟੀਆਂ ਡਿੱਗੀਆਂ ਜਾਂ ਟੁੱਟੀਆਂ, ਬੱਚਿਆਂ ਸੱਟਾਂ ਲੱਗਦੀਆਂ। ਟੋਏ ਆ, ਬੰਦਾ ਲੱਕ ਟੁੱਟ ਜਾਂਦਾ, ਮਰਨ ਵਾਲਾ ਹਾਲ ਆ ਉਰੇ। ਤਾਂ ਭਾਈ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਸੜਕਾਂ ਬਣਵਾਓ। ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੋਊਗੀ ਜੋ ਏਡੇ ਏਡੇ ਖੱਡੇ ਗੱਡੀ ਐ ਪੱਗਾਂ ਨਾਲ ਨਿਕਲ ਜਾਂਦੇ ਨੇ, ਮਾੜੀ ਗੱਡੀ ਤੇਜ਼ ਹੋਵੇ ਨਾਲ ਲੱਗ ਜਾਂ ਸਿਰ ਦੇ ਨਾਲ ਵੱਜਦੀਆਂ ਨੇ। ਜੈਂਟਸ ਤੇ ਫਿਰ ਵੀ ਕੰਟਰੋਲ ਕਰ ਲੈਂਦੇ ਆ, ਜਿਹੜੀ ਲੇਡੀਜ਼ ਆ ਉਹ ਵਿਚਾਰੀਆਂ ਬਹੁਤ ਬੁਰਾ ਹਾਲ ਹੁੰਦਾ, ਉਹ ਡਿੱਗਦੀਆਂ। ਆਪਾਂ ਜਾਂ ਫੁੱਲਾਂ ਵਾਲਾ ਚੌਂਕ ਆ, ਇੱਥੇ ਕਈ ਲੇਡੀਜ਼ ਦੇ ਨਾਲ ਬੱਚੇ ਡਿੱਗਦੇ ਮੈਂ ਦੇਖੇ ਆ। ਮੈਂ ਕਹਿੰਦਾ ਜੀ ਬੁਰਾ ਹੀ ਹਾਲ ਆ, ਬਸ ਇੱਥੇ ਐਕਸੀਡੈਂਟ ਹੋਇਆ, 1.5 ਲੱਖ ਰੁਪਇਆ ਭਰ ਕੇ ਛੁੱਟਿਆ ਵਾ। ਦੱਸੋ ਸੜਕਾਂ ਪੱਟੀਆਂ ਪਈਆਂ ਸਾਰੀਆਂ, ਰੋੜੀ ਨਿਕਲੀ ਹੋਈ ਹੈ, ਮੋਟਰਸਾਈਕਲ ਗਿਰ ਨਾ ਜਾਵੇ, ਇਸ ਲਈ ਬਚਾ ਕੇ ਆ ਰਹੇ ਹਾਂ। ਬਹੁਤ ਬੁਰਾ ਹਾਲ ਹੈ ਕਿ ਜਿੱਦਾਂ ਪਹਿਲੀਆਂ ਸਰਕਾਰਾਂ ਸੀਗੀਆਂ ਕਿ ਜਦੋਂ ਲਾਸਟ ਵਿੱਚ ਜਾਵਾਂਗੇ ਉਦੋਂ ਹੀ ਕੰਮ ਕਰਾਵਾਂਗੇ, ਉਸ ਤੋਂ ਪਹਿਲਾਂ ਨਹੀਂ ਕੰਮ ਕਰਾਉਣਾ। ਉਹੀ ਹਾਲ ਇਹਨਾਂ ਦਾ, ਉਹਨਾਂ 'ਚ ਇਹਨਾਂ 'ਚ ਕੋਈ ਫਰਕ ਵਾਲਾ ਕੰਮ ਹੈ ਨਹੀਂ ਗਾ।